ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਕੱਲ੍ਹ ਦਾ ਉਹ ਇਤਿਹਾਸਿਕ ਦਿਨ 18 ਅਕਤੂਬਰ, ਜਿਸ ਨੂੰ ਕਿ ਬਹੁਤ ਵੱਡਾ ਉਪਰਾਲਾ, ਮਹਾਂਪੁਰਖਾਂ ਦੀ ਸੇਧ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਇੱਕ ਉਪਰਾਲਾ, ਗੁਰੂ ਨਾਨਕ ਦੇਵ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਉਤਸਵ, ਜੋ ਕਿ 12 ਨਵੰਬਰ 2019 ਨੂੰ ਆ ਰਹੇ ਨੇ, ਉਹਦੇ ਲਈ ਕੀਤਾ ਜਾ ਰਿਹਾ ਹੈ। ਅਸੀਂ ਪਾਵਨ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ 'ਤੇ ਅੱਜ ਹਾਜ਼ਰੀਆਂ ਭਰ ਰਹੇ ਹਾਂ। ਸੰਗਤ ਟੈਲੀਵਿਜ਼ਨ ਟੀਮ ਇੱਥੇ ਪਹੁੰਚੀ ਹੋਈ ਹੈ ਅਤੇ ਅੱਜ ਉਸ ਪਾਵਨ ਪਵਿੱਤਰ ਸਥਾਨ ਜਿਸ 'ਤੇ ਆਪਾਂ ਗੱਲਬਾਤ ਕਰਨੀ ਹੈ, ਤੇ ਸਿੰਘ ਸਾਹਿਬਾਨ, ਜੋ ਕਿ ਆਪਾਂ ਸਾਰਿਆਂ ਨੂੰ ਇੱਥੇ ਦੀ ਹਿਸਟਰੀ ਸੁਲਤਾਨਪੁਰ ਲੋਧੀ ਦੇ ਨਾਲ ਜਾਣੂ ਕਰਾਉਣਗੇ, ਭਾਈ ਸੁਰਜੀਤ ਸਿੰਘ ਜੀ। ਸਿੰਘ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਪਾਵਨ ਪਵਿੱਤਰ ਅਸਥਾਨ ਆ, ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ 3 ਦਿਨ ਵੇਈ ਨਦੀ ਦੇ ਵਿੱਚ ਅਲੋਪ ਰਹੇ, ਉਸ ਤੋਂ ਬਾਅਦ ਜਦੋਂ ਪ੍ਰਗਟ ਹੋਏ, ਉਹ ਇਸ ਪਾਵਨ ਪਵਿੱਤਰ ਅਸਥਾਨ 'ਤੇ ਆ ਕੇ ਪ੍ਰਗਟ ਹੋਏ ਔਰ ਇਸ ਹੀ ਪਾਵਨ ਪਵਿੱਤਰ ਅਸਥਾਨ 'ਤੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮੂਲ ਮੰਤਰ ਦੀ ਜੋ ਬਾਣੀ ਹੈ ਉਹ ਉਚਾਰਨ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਸ ਇੱਕ ਅਕਾਲ ਪੁਰਖ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ, ਸਾਰੀ ਸ੍ਰਿਸ਼ਟੀ ਦਾ ਕ੍ਰੀਏਟਰ ਹੈ, ਉਸ ਦੇ ਨਾਲ ਜੋੜਨ ਦਾ ਜਿਹੜਾ ਸੁਨੇਹਾ ਹੈ ਉਹ ਸਹਿਬ ਪਿਤਾ ਨੇ ਮੂਲ ਮੰਤਰ ਦੇ ਅੰਦਰ ਸਾਨੂੰ ਦੇ ਕੇ ਬਖਸ਼ਿਆ, ਨਿਵਾਜਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸਾਡੇ 'ਤੇ। ਇਹ ਉਹ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸੰਤ ਘਾਟ ਇਸ ਦਾ ਨਾਂ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸਾਨੂੰ ਬਖਸ਼ਿਸ਼ ਕੀਤਾ ਹੈ ਔਰ ਇਸ ਪਾਵਨ ਪਵਿੱਤਰ ਸਥਾਨ ਜੋ ਸੁਲਤਾਨਪੁਰ ਲੋਧੀ ਹੈ, ਇਸ ਹੀ ਅਸਥਾਨ ਤੋਂ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋ ਮੋਦੀਖਾਨਾ ਚਲਾਇਆ ਉਹ ਵੀ ਇਸ ਹੀ ਜੋ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਚਲਾਇਆ, ਜਿਸ ਦੇ ਵਿੱਚ ਕਿਰਤ ਕਰਨ ਦਾ ਸੰਦੇਸ਼ ਜਿਹੜਾ ਹੈ ਉਹ ਵੀ ਦ੍ਰਿੜ ਕਰਾਇਆ ਔਰ ਇੱਕ ਚੰਗੇ ਇਨਸਾਨ, ਇੱਕ ਇਨਸਾਨੀਅਤ ਦੇ ਤੌਰ 'ਤੇ ਜਿਹੜਾ ਨੌਕਰੀ ਕਰਨੀ ਹੈ, ਮਤਲਬ ਜਿੱਥੇ ਅਸੀਂ ਕਿਰਤ ਨੌਕਰੀ ਦੀ ਵੀ ਹੋ ਸਕਦੀ ਹੈ, ਖੇਤੀ ਦੀ ਵੀ ਹੋ ਸਕਦੀ ਹੈ, ਲੇਕਿਨ ਜਿਹੜੀ ਨੌਕਰੀ ਦੀ ਕਿਰਤ ਆ ਉਹਦੇ ਵਿੱਚ ਕਿੰਨੀ ਦਿਆਨਤਦਾਰੀ ਹੋਣੀ ਚਾਹੀਦੀ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਸਿਖਾਈ ਕਿ ਜਦੋਂ ਤੁਸੀਂ ਨੌਕਰੀ ਵੀ ਕਰਨੀ ਹੈ ਨਾ ਉਹ ਵੀ ਇੱਕ ਦਿਆਨਤਦਾਰੀ ਦੇ ਨਾਲ ਕਰਨੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸੇ ਹੀ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਜਿਹੜੀਆਂ ਉਦਾਸੀਆਂ ਸ਼ੁਰੂ ਕਰਕੇ ਪੂਰੇ ਵਿਸ਼ਵ ਭਰ ਵਿੱਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਪਹੁੰਚ ਕੇ ਤਿੱਬਤ ਤੱਕ ਪਹੁੰਚ ਕੇ ਸਾਹਿਬ ਪਿਤਾ ਨੇ ਸਮੁੱਚੇ ਸੰਸਾਰ ਨੂੰ ਇੱਕ ਅਕਾਲ ਪੁਰਖ ਦੀ ਪੂਜਾ ਦਾ ਸੁਨੇਹਾ ਦਿੱਤਾ, ਜਿਹੜਾ ਮੂਲ ਮੰਤਰ ਇੱਥੇ ਉਚਾਰਨ ਕੀਤਾ ਔਰ ਸਮੁੱਚੇ ਵਿਸ਼ਵ ਨੂੰ ਆਪਸੀ ਵੈਰ ਵਿਰੋਧ ਗਵਾਉਣ ਦੀ ਗੱਲ ਕੀਤੀ ਔਰ ਨਿਰਭਉ ਹੋ ਕੇ ਅਤੇ ਨਿਰਵੈਰ ਹੋ ਕੇ ਜੀਵਨ ਜਿਉਣ ਦੀ ਜਾਚ ਸਿਖਾਈ। ਜਿਹੜਾ ਇੱਥੇ ਉਚਾਰਨ ਕੀਤਾ ਨਿਰਭਉ ਨਿਰਵੈਰ, ਉਹ ਪੂਰੇ ਵਿਸ਼ਵ ਦੇ ਅੰਦਰ ਉਦਾਸੀਆਂ ਦੇ ਸਮੇਂ ਸਾਹਿਬ ਪਿਤਾ ਜੀ ਨੇ ਉਹਦਾ ਪ੍ਰਚਾਰ ਪ੍ਰਸਾਰ ਕਰਕੇ ਅਤੇ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਦਾ ਸੁਨੇਹਾ ਦਿੱਤਾ ਔਰ ਇਸੇ ਹੀ ਜੋ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਹੀ ਸਤਿਗੁਰੂ ਜਗਤ ਜਲੰਦੇ ਦੇ ਤਾਰਨਹਾਰ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋ ਗ੍ਰਿਸਤੀ ਜੀਵਨ ਸ਼ੁਰੂ ਕੀਤਾ ਉਹ ਵੀ ਇੱਥੇ ਕੀਤਾ। ਕਈ ਤਰ੍ਹਾਂ ਦੇ ਸਾਹਿਬ ਪਿਤਾ ਜੀ ਨੇ ਇੱਥੇ ਕਠਿਨਾਈਆਂ ਦਾ ਸਾਹਮਣਾ ਵੀ ਕਰਨਾ ਪਿਆ, ਕਈ ਮੁਸ਼ਕਲਾਂ ਦੇ ਵਿੱਚ ਦੀ ਵੀ ਗੁਜ਼ਰਨਾ ਪਿਆ, ਸਾਰਾ ਕੁਝ ਕਰਦਿਆਂ ਹੋਇਆਂ ਵੀ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਭੈ ਭਾਵਨੀ ਵਿੱਚ ਰਹਿ ਕੇ, ਨਿਰਭਉ ਅਤੇ ਨਿਰਵੈਰ ਰਹਿ ਕੇ ਉਸ ਇੱਕ ਅਕਾਲ ਪੁਰਖ ਨਾਲ ਆਪ ਜੁੜੇ ਅਤੇ ਬਾਕੀ ਸੰਸਾਰ ਨੂੰ, ਸਮੁੱਚੇ ਨੂੰ, ਸਾਨੂੰ ਸਾਰਿਆਂ ਨੂੰ ਜੋੜਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸੇ ਹੀ ਜੋ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਗੁਰਦੁਆਰਾ ਬੇਰ ਸਾਹਿਬ ਹੈ, ਜੋ ਭਾਈ ਭਗੀਰਥ ਜੀ ਰੋਜ਼ ਸਾਹਿਬ ਪਿਤਾ ਜੀ ਲਈ ਦਾਤਣਾ ਲੈ ਕੇ ਆਉਂਦੇ ਸੀਗੇ, ਦਾਤਣ ਲੈ ਕੇ ਆਏ ਭਾਈ ਭਗੀਰਥ ਜੀ, ਉਹਨਾਂ ਨੇ ਬਚਨ ਕੀਤਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜਗਤ ਗੁਰੂ ਪਿਤਾ ਜੀ ਅੱਜ ਤਾਂ ਦਾਤਣ ਬੇਰੀ ਦੀ ਹੈ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਜੜ੍ਹਾਂ ਲਾ ਦਿੱਤੀਆਂ, ਉਹ ਬੇਰੀ ਲਾ ਦਿੱਤੀ ਅਤੇ ਕਹਿੰਦੇ ਕਿ ਇਹ ਰਹਿੰਦੀ ਦੁਨੀਆ ਤੱਕ ਰਹੇਗੀ ਔਰ ਇਸੇ ਕੌਮ ਦੀਆਂ ਜੜ੍ਹਾਂ ਲੱਗੀਆਂ ਰਹਿਣਗੀਆਂ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਦਿਆਂ ਔਰ ਸਮੁੱਚੇ ਵਾਤਾਵਰਨ ਦੀ ਗੱਲ, ਸਮੁੱਚੇ ਸੰਸਾਰ ਨੂੰ ਇੱਕ ਨਰੋਏ ਜੀਵਨ ਦੀ ਜਾਚ ਜਿਹੜੀ ਹੈ ਉਹ ਸਾਹਿਬ ਪਿਤਾ ਨੇ ਸਾਨੂੰ ਸਿਖਾਈ ਹੈ ਜੀ। ਸਿੱਖ ਸਾਹਿਬ, ਜਿਸ ਤਰ੍ਹਾਂ ਆਪ ਜੀ ਸੰਗਤਾਂ ਦੇ ਨਾਲ ਸਾਂਝ ਪਾ ਰਹੇ ਹੋ ਕਿ ਸਿੱਖ ਸੰਗਤ ਹਮੇਸ਼ਾ ਸੋਚਦੀ ਕਿ ਨਨਕਾਣਾ ਸਾਹਿਬ ਗੁਰੂ ਮਹਾਰਾਜ ਨੇ ਜਿੱਥੇ ਅਵਤਾਰ ਤਾਰਿਆ ਅਤੇ ਬਹੁਤ ਜੀਵਨ ਨਨਕਾਣਾ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਨੇ ਬਤੀਤ ਕੀਤਾ,
ਸੁਲਤਾਨਪੁਰ ਲੋਧੀ ਦੀ ਵੀ ਆਪਾਂ ਜੇ ਹਿਸਟਰੀ ਦੇਖਦੇ ਹਾਂ, ਗੁਰੂ ਮਹਾਰਾਜ ਨੇ ਇੱਥੇ ਬਹੁਤ ਸਮਾਂ ਬਤੀਤ ਕੀਤਾ, ਉਹ ਵੀ ਜ਼ਰੂਰ ਸੰਗਤਾਂ ਨਾਲ ਸਾਂਝ ਪਾਓ ਕਿ ਇੱਥੇ ਕਿੰਨੇ ਸਥਾਨ ਨੇ ਗੁਰੂ ਮਹਾਰਾਜ ਦੇ, ਕਿੰਨਾ ਸਮਾਂ ਮਹਾਰਾਜ ਨੇ ਬਤੀਤ ਕਰਕੇ ਇਸ ਧਰਤੀ ਨੂੰ ਬਹੁਤ ਬਖਸ਼ੀਆਂ ਕੀਤੀਆਂ। ਇੱਥੇ ਗੁਰਦੁਆਰਾ ਬੇਰ ਸਾਹਿਬ ਪਾਵਨ ਪਵਿੱਤਰ ਸਥਾਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਹੈ। ਮੋਦੀਖਾਨਾ ਜਿੱਥੇ ਸਾਹਿਬ ਪਿਤਾ ਨੇ ਚਲਾਇਆ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਸਥਾਨ ਹੈ। ਇੱਥੇ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜਿਸ ਸਥਾਨ 'ਤੇ ਆਪਾਂ ਖੜ੍ਹੇ ਹਾਂ ਮੂਲ ਮੰਤਰ ਉਚਾਰਨ ਕੀਤਾ, ਇਹ ਪਾਵਨ ਪਵਿੱਤਰ ਸਥਾਨ ਵੀ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਹੈ। ਜਿੱਥੇ ਸਤਿਗੁਰੂ ਜੀ ਨੇ ਇੱਕ ਅਕਾਲ ਪੁਰਖ ਨਾਲ ਅੰਤਰ ਧਿਆਨ ਹੋ ਕੇ ਅੰਦਰੋਂ ਪਰਮਾਤਮਾ ਦੀ ਨਾਲ ਜੁੜਨ ਦੀ ਗੱਲ ਕੀਤੀ, ਕਿਉਂਕਿ ਸੰਸਾਰ ਜਿਹੜਾ ਹੈ ਨਾ ਉਹ ਦਿਖਾਵੇ ਵਿੱਚ ਬਹੁਤ ਜੁੜਿਆ ਹੈ। ਦਿਖਾਵੇ ਵਿੱਚ ਲੱਗਦਾ ਹੈ ਕਿ ਅਸੀਂ ਰੱਬ ਦੀ ਪੂਜਾ ਕਰਦੇ ਹਾਂ, ਸਿਮਰਨ ਕਰਦੇ ਹਾਂ, ਬੰਦਗੀਆਂ ਕਰਦੇ ਹਾਂ, ਲੇਕਿਨ ਜਿਹੜੀ ਬੰਗਲੇ ਸਮਾਧੀ ਹੈ ਉਹਦਾ ਸੱਚੇ ਪਾਤਸ਼ਾਹ ਜੀ ਨੇ ਖੰਡਨ ਕਰਕੇ ਇੱਕ ਅਕਾਲ ਪੁਰਖ ਨੂੰ ਅੰਦਰੋਂ ਸਿਮਰਨ ਦੀ ਗੱਲ, ਮੇਰੇ ਕਹਿਣ ਤੋਂ ਭਾਵ ਕਿ ਅੰਤਰ ਜਾਮਤਾ ਸਾਹਿਬ ਗੁਰਦੁਆਰਾ ਵੀ ਹੈ, ਔਰ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਾਜੀ ਨੂੰ ਅਤੇ ਔਰ ਬਾਦਸ਼ਾਹ ਨੂੰ ਇਹ ਗੱਲ ਕਹੀ ਸੀਗੀ ਕਿ ਅੰਦਰੋਂ ਜੇ ਤੁਹਾਡੀ ਸੁਰਤ ਨਹੀਂ ਨਾ ਜੁੜੀ ਹੋਈ, ਜੇ ਤੁਹਾਡੀ ਸੁਰਤ ਦੇ ਵਿੱਚ ਘੋੜਿਆਂ ਦਾ ਵਪਾਰ ਚੱਲਦਾ ਹੈ, ਘਰ ਦੀ ਘੋੜੀ ਸੂਈ ਦਾ ਕੰਮ ਚੱਲਦਾ ਹੈ, ਅਤੇ ਇਹਦਾ ਮਤਲਬ ਭਾਵੇਂ ਤੁਸੀਂ ਬੰਦਗੀ ਕਰ ਰਹੇ ਹੋ ਸੁਰਤ ਕਰਕੇ ਅਤੇ ਹਾਜ਼ਰ ਨਹੀਂ ਨਾ, ਪਰਮਾਤਮਾ ਨੂੰ ਸਿਮਰਨਾ ਹੈ ਅਤੇ ਸੁਰਤ ਕਰਕੇ ਸਿਮਰਨਾ ਹੈ। ਉਹ ਪਾਵਨ ਪਵਿੱਤਰ ਅਸਥਾਨ ਵੀ ਇਸ ਧਰਤੀ 'ਤੇ ਹੈ। ਗੁਰਦੁਆਰਾ ਬੇਰ ਸਾਹਿਬ ਵੀ ਇਸੇ ਹੀ ਪਾਵਨ ਪਵਿੱਤਰ ਧਰਤੀ 'ਤੇ ਹੈ। ਗੁਰਦੁਆਰਾ ਕੋਠੜੀ ਸਾਹਿਬ ਜਿੱਥੇ ਸਾਹਿਬ ਪਿਤਾ ਜੀ ਨੂੰ ਬਹੁਤ